ਜਿਹੜਾ ਦੌਰ ਚੱਲ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਦੌਰ ਹੈ, ਕਾਲੇ ਦਿਨ ਹੈ। ਮੈਂ ਤਾਂ ਸਿੱਧੀ ਗੱਲ ਕਹਿੰਦਾ, ਜਦੋਂ ਘਰੋਂ ਚੱਲਿਆ ਘਰ ਦੇ ਕਹਿੰਦੇ ਕਿੱਥੇ ਚੱਲਿਆ, ਮੈਂ ਕਿਹਾ ਮੈਂ ਮੋਦੀ ਦਾ ਸਿਆਪਾ ਕਰਨ ਚੱਲਿਆ, ਮੈਂ ਅੰਬਾਨੀਆਂ ਦਾ ਸਿਆਪਾ ਕਰਨ ਚੱਲਿਆ, ਮੈਂ ਅੰਬਾਨੀ ਦੇ ਭੋਗ ਤੇ ਚੱਲਿਆ। ਪਤਾ ਲੱਗਿਆ ਵੀ ਜਦੋਂ ਮੇਰੇ ਭਰਾਵਾਂ ਨੇ ਦੱਸਿਆ ਵੀ ਇੱਥੇ ਆਪਾਂ ਇਹ ਜਾਮ ਕੀਤਾ ਹੋਇਆ ਰੋਡ, ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਹੁਣ ਜ਼ਿਆਦਾ ਵੱਡਾ ਬੁਲਾਰਾ ਨਹੀਂ, ਮੈਂ ਸਟੇਜਾਂ ਤੇ ਬਹੁਤ ਘੱਟ ਬੋਲਿਆ, ਗਰਾਊਂਡ ਚ ਤੁਹਾਨੂੰ ਪਤਾ ਬੋਲੀ ਦਾ। ਪਰ ਜਿਹੜੇ ਆ ਬਜ਼ੁਰਗ ਬੈਠੇ ਆ ਨਾ, ਜਿਹਨਾਂ ਦੀਆਂ ਦਾੜੀਆਂ ਦੇ ਵਿੱਚ ਚਿੱਟੇ ਆ, ਇਕੱਲੇ ਧੁੱਪੇ ਖੜ ਕੇ ਵੀ ਆ ਗਏ, ਇਹਨਾਂ ਨੇ ਸੰਘਰਸ਼ ਲੜੇ ਆ, ਅੱਜ ਦੇ ਨਿੱਕੇ ਨਿੱਕੇ ਟਿੱਕਰ ਇਹਨਾਂ ਦੀਆਂ ਇੱਥੇ ਜੇਬਾਂ ਤੇ ਲੱਗੇ ਆ ਨਾ, ਇਹਨਾਂ ਨੂੰ ਪਤਾ ਵੀ ਇਹ ਟਿੱਕਰ ਦੀ ਕੀਮਤ ਕੀ ਹੈ। ਨਿੱਕੇ ਨਿੱਕੇ ਉੱਤੇ ਪਹਿਲਾਂ ਅਸੀਂ ਦੇਖਦੇ ਸੀ ਵੀ ਇਹਦਾ ਮਤਲਬ ਕੀ ਹੈ, ਛੋਟਾ ਜਿਹਾ ਟਿੱਕਰ ਲੱਗਾ, ਇੱਥੇ ਲਿਖਿਆ ਹੋਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਹੁਣ ਜਿਵੇਂ ਅਸੀਂ ਯੰਗ ਮੁੰਡੇ ਆ, ਯੂਥ ਹੈ, ਅੱਗੇ ਆਇਆ, ਇਹ ਗੱਲ ਦੀ ਖੁਸ਼ੀ ਹੈ। ਮੈਂ ਯੂਥ ਨੂੰ ਬੇਨਤੀ ਕਰਦੇ ਵੀ ਆਇਆ ਵੀ ਜਿਹੜੀ ਇਹ ਲੜਾਈ ਹੈ ਨਾ, ਇੱਕ ਲੰਬੀ ਲੜਾਈ ਹੈ, ਇਹਦੇ ਲਈ ਹੁੱਲੜਬਾਜ਼ੀ ਨਾ ਕਰਿਓ, ਜਲਦੀ ਨਾ ਕਰਿਓ, ਆਪਣੇ ਆਪ ਬਜ਼ੁਰਗਾਂ ਨੂੰ ਤੁਸੀਂ ਅੱਗੇ ਲੈ ਕੇ ਚੱਲਣਾ, ਆਪਾਂ ਇਹਨਾਂ ਦੇ ਮਗਨ ਮਗਰ ਤੁਰਨਾ ਹੈ। ਇਹਨਾਂ ਨੇ ਬਹੁਤ 87 ਹੜਾਏ ਹੈ, 47 ਇਹਨਾਂ ਨੇ ਝੱਲੀ ਹੈ, 84 ਇਹਨਾਂ ਨੇ ਝੱਲੀ ਹੈ, ਜਿਹੜੇ ਨਸ਼ਿਆਂ ਦੇ ਤੌਰ, ਕਿਉਂਕਿ ਕਈਆਂ ਦੇ ਪੁੱਤ ਨਸ਼ਿਆਂ ਚ ਪੈ ਕੇ ਦੁਨੀਆਂ ਤੋਂ ਚਲੇ ਗਏ ਆ। ਉਹ ਜਿਹੜੀ ਦਿੱਲੀ ਹੈ ਨਾ, ਉਹ ਸੁੱਤੀ ਪਈ ਸੀ ਵੀ ਮੈਂ ਜਿਹੜਾ ਪੰਜਾਬ ਆ ਮੈਂ ਨਸ਼ਿਆਂ ਤੇ ਲਾਦਾ ਹੈ, ਉਹ ਨਹੀਂ ਜਵਾਨੀ ਉੱਠਦੀ। ਤੇ ਜਿਹੜੀ ਆ 25 ਤਰੀਕ ਲੰਘ ਕੇ ਗਈ ਹੈ, ਆਹ ਦਿਨ ਚੱਲ ਰਹੇ ਹੈ, ਆਪਾਂ ਦਿੱਲੀ ਹੁੱਚਾ ਮਾਰ ਮਾਰ ਕੇ ਠਾਈ ਹੈ ਵੀ ਅਸੀਂ ਜਿਉਂਦੇ ਹੈ। ਉੱਥੇ ਕਿਤੇ ਨਾ ਕਿਤੇ ਕਸੂਰ ਸਾਡਾ ਵੀ ਹੈ, ਜੇ ਸਾਡੇ ਖੇਤਾਂ ਚ ਅੱਜ ਟਾਵਰ ਹੈ, ਲੋਹਾ ਉੱਗੇ ਆ ਨਾ, ਉੱਥੇ ਸਾਡਾ ਕਸੂਰ ਹੈ। ਜੇ ਆਪਣੀ ਜ਼ਮੀਨ ਦੀ ਕੀਮਤ 15 ਲੱਖ ਹੈ, ਸਾਨੂੰ ਕੋਈ ਵਿੱਚੋਂ ਇੱਕ ਬੰਦਾ ਕਹਿ ਰਹਿੰਦਾ ਤੇਰਾ ਕਿੱਲਾ ਮੈਂ 18 ਲੱਖ ਨੂੰ ਵਿਕਾ ਦਿੰਦਾ, ਆਪਾਂ ਕਹਿੰਦੇ ਹਾਂ ਨਾਲੇ ਲਿਮਟਾਂ ਲੈ ਜਾਣਗੀਆਂ, ਨਾਲੇ ਧੀ ਦਾ ਵਿਆਹ ਹੋ ਜਾਊਗਾ, 15 ਲੱਖ 18 ਮਿਲ ਜਾਣਾ। ਜੇ ਅੰਬਾਨੀ ਅੰਡਾਨੀ ਉਹਨਾਂ ਦੀਆਂ ਕੰਪਨੀਆਂ ਸਾਡੇ ਖੁੱਲੀਆਂ ਨਾ, ਸਾਡਾ ਕਸੂਰ ਆ ਉੱਥੇ। ਜੇ ਅਸੀਂ ਇਹਨਾਂ ਦੇ ਪਹਿਲਾਂ ਪਤਾ ਪਾਇਆ ਹੁੰਦਾ, ਅਸੀਂ ਪਹਿਲਾਂ ਵਿੱਚੋਂ ਵਿਚੋਲੇ ਤਲਾਲ ਕੱਢੇ ਹੁੰਦੇ ਤੇ ਸਾਨੂੰ ਹੱਥੇ ਨਾ ਦੇਖਣੇ ਪੈਂਦੇ, ਸਾਨੂੰ ਪ੍ਰਾਉ ਹੋਣਾ ਸੀ, ਅਸੀਂ ਇਹ ਸ਼ਰਤਾਂ ਦੇ ਨਾ ਹੁੰਦੇ। ਉਸੇ ਵਿੱਚ ਜਿਹੜੇ ਤੱਲੇ ਹੁੰਦੇ ਆ, ਵਿਚੋਲੇ ਹੁੰਦੇ ਆ, ਜਿਹੜੇ ਕਹਿੰਦੇ ਨੇ ਤੇਰੀ ਜ਼ਮੀਨ ਇੰਨੇ ਨੂੰ ਵਿਕਾ ਦਿੰਦਾ, ਇਹ ਉਹਨਾਂ ਦਾ ਬੇੜਾ ਬੈਠਾ। ਆਹ ਟੋਲ ਕਿਉਂ ਲੱਗੇ ਆ, ਇਹ ਉਹਨਾਂ ਦਾ ਬੇੜਾ ਬੈਠਾ, ਕਿਤੇ ਨਾ ਕਿਤੇ ਜ਼ਮੀਨਾਂ ਸਾਨੂੰ ਛੱਡਣੀਆਂ ਪਈਆਂ। ਇਹ ਵੱਡੀਆਂ ਕੰਪਨੀਆਂ ਹੈ, ਜੇ ਇਹਨਾਂ ਦੇ ਗਲਾਂ ਚ ਪਹਿਲਾਂ ਪਤਾ ਪਾਇਆ ਹੁੰਦਾ ਤੇ ਅੱਜ ਸਾਡੀਆਂ ਲੱਤਾਂ ਨੂੰ ਨਾ ਹੁੰਦੇ, ਸਾਡੇ ਕਿੱਤਿਆਂ ਨੂੰ ਨਾ ਪੈਂਦੇ। ਇਹਨਾਂ ਦੇ ਪੱਤੇ ਅਸੀਂ ਗਲਾਂ ਚੋਂ ਲਾਏ ਹੈ ਤੇ ਅੱਜ ਸਾਡੇ ਕਿੱਤਿਆਂ ਨੂੰ ਇਹ ਤਾਂ ਪੈਂਦੇ ਹੈ, ਤੇ ਹੁਣ ਸਾਨੂੰ ਜਾਗਣਾ ਪੈਣਾ ਹੈ। ਮੈਂ ਸਾਰੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜਿਹੜੇ ਮੇਰੇ ਵੀਰ ਹੈ, ਵੀ ਆਪਾਂ ਨੂੰ ਇਹਨਾਂ ਵੱਡੀਆਂ ਕੰਪਨੀਆਂ ਦੇ ਗਲੇ ਦੇ ਵਿੱਚ ਪਤਾ ਪਾਉਣਾ ਪੈਣਾ, ਉਹ ਫੇਰ ਟਿੱਕੇ ਲੱਗਣੇ ਹੈ। ਕਹਿੰਦੇ ਆ ਕਿ ਖੋਸੀ ਬਥੇਰਾ ਮੋਢੇ ਉੱਤੇ ਤੰਗੀ ਦਾ, ਮੌਕੇ ਤੇ ਭਰੀ ਦਾ ਵੀ ਪਤਾ ਲੱਗ ਜੂ, ਖੋਸੀ ਬਥੇਰਾ ਮੋਢੇ ਉੱਤੇ ਤੰਗੀ ਦਾ। ਇੱਕ ਬੱਕਰੀ ਦੇ ਕੰਨਾਂ ਵਿੱਚ ਕੰਨ ਪਾ ਦਿਓ, ਝਾਗਰਾਂ ਪਾ ਕੇ ਨੀ, ਸ਼ੇਰ ਦੇ ਕੋਲੋਂ ਲੰਘੀ ਦਾ, ਨਿਓੜੇ ਤੇ ਸੱਪ ਦੀ ਕੋਈ ਸਾਂਝ ਹੁੰਦੀ ਨਾ, ਸੋਰਾਂ ਦੇ ਸੱਚੀਆਂ। ਆ ਸਿਆਣੇ ਕਹਿੰਦੇ ਨੇ ਉਹ ਜਿੰਨਾ ਦੇ ਵੀ ਗਲਾਂ ਵਿੱਚ ਪਤਾ ਮਾਰਸਾ, ਅੱਜ ਕੱਲ ਕਿੱਤਿਆਂ ਨੂੰ ਬਾਹਾਂ ਪੈਂਦੇ ਨੇ, ਜਿਨ੍ਹਾਂ ਦੇ ਵੀ ਗਲਾਂ ਵਿੱਚ ਪਤਾ ਮਾਰਸਾ, ਅੱਜ ਕੱਲ ਲੱਤਾਂ ਨੂੰ ਬਾਹਾਂ ਪੈਂਦੇ ਨੇ, ਉਹ ਕਿੱਤਿਆਂ ਨੂੰ ਬਾਹਾਂ ਭੱਜ ਭੱਜ ਕੇ ਆਉਂਦੇ ਜਿਹਨਾਂ ਦੇ ਗਲਾਂ ਵਿੱਚ ਪਤਾ ਨਹੀਂ। ਤੇ ਮੈਂ ਫੇਰ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਬੇਟਾ ਤਕੜਾ ਬੁਲਾਰਾ ਨੀ, ਮੈਨੂੰ ਬਹੁਤ ਭੁੱਲਾਂ ਹੋ ਜਾਣੀ ਹੈ। ਇੱਕ ਤੋੜ ਹੈ ਵੱਡਾ ਤੋੜ ਜਿਹੜਾ ਪੰਜਾਬ ਦਾ ਪੜੇ, 50 ਲੱਖ ਰੁਪਈਆ ਗੜਾਈ ਹੁੰਦੀ ਇੱਕ ਦਿਨ ਦੀ, ਤੇ ਜੋ ਹਫ਼ਤਾ ਬੰਦ ਰਹਿ ਗਿਆ ਉਹਨਾਂ ਦੀ ਚੀਕ ਵੱਜ ਜਾਣੀ ਹੈ। ਤੇ ਐਵੇਂ ਵੀ ਮੋਦੀ ਨੇ 8500 ਕਰੋੜ ਦੇ ਟੋਲ ਜਹਾਜ਼ ਖਰੀਦ ਲਏ, ਜੇ ਅਸੀਂ ਸੋਚਦੇ ਹਾਂ ਨਾ ਅਸੀਂ ਤਾਂ ਵੀ ਟੈਕਸ ਦਿੰਦੇ ਹਾਂ। ਐਵੇਂ ਵੀ ਅੰਬਾਨੀ ਦੇ ਘਰ ਵਾਲੀ 3.5 ਲੱਖ ਰੁਪਈਏ ਦੇ ਕੱਪ ਦੇ ਵਿੱਚ ਇੱਕ ਵੇਲੇ ਦੀ ਚਾਹ ਪੀਂਦੀ, ਉਹ ਸਾਡਾ ਪੈਸਾ ਹੈ। ਆਹ ਰਿਲਾਇੰਸ ਹੈ, ਕੱਲਾ ਰਿਲਾਇੰਸ ਨੀ, ਆਹ ਟੋਲ ਹੈ, ਵੱਡੇ ਵੱਡੇ ਸ਼ੋਰੂਮ ਹੈ, ਆਪਾਂ ਸਾਰੇ ਬੰਦ ਕਰਨੇ ਪੈਣੇ ਹੈ। ਤੇ ਇੱਕ ਮੈਂ ਹੋਰ ਬੇਨਤੀ ਕਰਦਾ, ਇਹਨਾਂ ਤੋਂ ਸਿੱਖਿਆ, ਜਿਹਨਾਂ ਦੀਆਂ ਦਾੜੀਆਂ ਚਿੱਟੀਆਂ, ਇਹਨਾਂ ਦੇ ਤਜਰਬੇ ਬੋਲਦੇ ਆ। ਹੁਣ ਕੋਈ ਇਹ ਨਾ ਕਿਉਂ ਮੈਂ ਕਾਂਗਰਸੀ ਆ, ਮੈਂ ਅਕਾਲੀ ਆ, ਮੈਂ ਆਮ ਆਦਮੀ ਆ, ਮੈਂ ਫਲਾਨਾ ਸਿੰਘ ਹੈ, ਜਿਹੜੇ ਉਹਨਾਂ ਨੇ ਤੁਹਾਡੀਆਂ ਪੁੱਛਾਂ ਦਾ ਛੱਜ ਬੰਨੇ ਆ ਨਾ, ਇਹ ਖੋਲ ਦੋ, ਇਹ ਖੋਲਣੇ ਪੈਣੇ ਆ। ਪਿੰਡ ਚ ਕਈ ਮਿਲ ਕੇ ਕਹਿਣ ਤੇ ਵੀ ਮੈਂ ਤਾਂ ਮੇਰੀ ਮੁੱਛ ਤੇ ਅੱਜ ਨਿੰਬੂ ਹੈ, ਤੁਹਾਡੀ ਮੁੱਛ ਤੇ ਮਤੀਰਾ ਟੇਕਣ ਲਾ ਦੇਣਾ ਉਹਨਾਂ ਨੇ, ਇਹ ਛੱਜ ਖੋਲ ਦੋ, ਇਹ ਨੰਬਰਦਾਰੀਆਂ ਛੱਡ ਦੋ, ਜੇ ਕਿਸਾਨੀ ਬਚਾਉਣੀ ਹੈ। ਉਹਨਾਂ ਨੇ ਸਾਡੇ ਖੇਤਾਂ ਚ ਫੈਕਟਰੀਆਂ ਲਾ ਕੇ ਸਾਡੇ ਹੱਥਾਂ ਦੇ ਵਿੱਚ ਡੱਬੇ ਫੜਾਉਣੇ ਹੈ, ਇਹ ਗੱਲ ਯਾਦ ਰੱਖਿਓ। ਹੋ ਸਕਦਾ ਜਿਹੜੇ ਆਪਣੇ ਦੇ ਵਿੱਚ ਵੀ ਕੋਈ ਬੰਦੇ ਇੱਦਾਂ ਦੇ ਬੈਠੇ ਹੋਣ ਜਿਹੜੇ ਕੱਲ ਨੂੰ ਜਾ ਕੇ ਉੱਥੇ ਸੁਨੇਹਾ ਦੇਣ, ਉਹਨੂੰ
ਪਰ ਇੰਨੀ ਗੱਲ ਹੈ ਮੈਂ ਬੇਨਤੀ ਕਰਦਾ ਵੀ ਤੁਹਾਡੇ ਬੱਚਿਆਂ ਦੀ ਕਿਸਾਨੀ ਬਚਾਉਣੀ ਹੈ ਜਿਹੜੇ ਮੂਹਰਲੇ ਹੈ ਨਾ ਬੰਦੇ ਉਹ ਦੇਖਿਓ ਨਾ ਕਿਉਂਕਿ 2022 ਦੇ ਲਈ ਕਈ ਮੇਰੇ ਵਰਗੇ ਰੋਟੀਆਂ ਵੀ ਲਾਈ ਜਾਂਦੇ ਹੈ 2022 ਦੇ ਲਈ ਰਾਹ ਪੱਧਰ ਕਰੀ ਜਾਂਦੇ ਹੈ ਲਾਲਚ ਵੀ ਦਿੱਤੇ ਜਾਣਗੇ ਗੁਮਰਾਹ ਵੀ ਕੀਤਾ ਜਾਊਗਾ ਵੀ ਤੈਨੂੰ ਆਹ ਅਹੁਦਾ ਦੇ ਦਿਆਂਗੇ ਜਦੋਂ ਥੋੜਾ ਜਿਹਾ ਕਹਿ ਦਿੰਦਾ ਵੀ ਆਹ ਸਾਡੇ ਫਲਾਨਾ ਸਿੰਘ ਹੈ ਤੇ ਸੱਚੀ ਫੀਲਿੰਗ ਲੈ ਜਾਂਦਾ ਵੀ ਮੈਂ ਸੱਚੀ ਫਲਾਨਾ ਸਿੰਘ ਹੈ ਮੈਂ ਬੇਨਤੀ ਕਰਦਾ ਬਹੁਤ ਲਾਲਚ ਦਿੱਤੇ ਜਾਣੇ ਹੈ ਉਹ ਤੁਹਾਨੂੰ ਗੁਮਰਾਹ ਕੀਤਾ ਜਾਣਾ ਹੈ ਵੀ ਤੈਨੂੰ ਫਲਾਨਾ ਅਹੁਦਾ ਦੇ ਦਿਆਂਗੇ ਤੈਨੂੰ ਫਲਾਨਾ ਸਿੰਘ ਬਣਾ ਦਿਆਂਗੇ ਥੋੜਾ ਜਿਹਾ ਮੇਰੇ ਵੱਡੇ ਭਰਾਓ ਛੋਟੇ ਭਰਾਓ ਇਹ ਬਜ਼ੁਰਗਾਂ ਦਾ ਸਾਥ ਦਈਏ ਜੇ ਕਿਸਾਨੀ ਹੋਊਗੀ ਨਾ ਤੇ ਇਹ ਕੁਝ ਦੁਕਾਨਦਾਰ ਵੀ ਵਿੱਚ ਆਏ ਹੋਣਗੇ ਮਜ਼ਦੂਰ ਵੀ ਆਏ ਹੋਣਗੇ ਮੇਰੇ ਵਰਗੇ ਆਏ ਜਿੰਨਾ ਕੋਲ ਮੇਰੇ ਕੋਲ ਜ਼ਮੀਨ ਹੈ ਨੀ ਪਰ ਮੇਰੇ ਕੋਲ ਜ਼ਮੀਨ ਹੈਗੀ ਹੈ ਮੇਰਾ ਚੱਲ ਕਬੱਡੀ ਤੋਂ ਚੱਲਦਾ ਹੈ ਜੇ ਕਿਸਾਨੀ ਮੁੱਕ ਗਈ ਤੇ ਮੇਲੇ ਵੀ ਨਹੀਂ ਰਹਿਣੇ ਉਹ ਦੁਕਾਨਾਂ ਵੀ ਨਹੀਂ ਰਹਿਣੀਆਂ ਉਹ ਬਾਜ਼ਾਰ ਵੀ ਨਹੀਂ ਰਹਿਣੇ ਸਾਰਾ ਕੁਝ ਵਿੱਚ ਜਾਂਦਾ ਹੈ ਤੁਸੀਂ ਇਹ ਦੇਖੋ ਕਦੇ ਕੋਈ ਸੱਪ ਕੱਢ ਦਿੰਦਾ ਮੋਦੀ ਮੈਨੂੰ ਇਹ ਗੱਲ ਮੈਨੂੰ ਹੁਣ ਉਹੀ ਗੱਲ ਆ ਬਜ਼ੁਰਗ ਬੈਠੇ ਮੇਰਾ ਜੀ ਕਰਦਾ ਉਹਨੂੰ ਮੈਂ ਗਾਲਾਂ ਕੱਢਾਂ ਉਹ ਬੰਦਾ ਜਿਹੜਾ ਚਾਹ ਮਿਲਦਾ ਭਾਂਡੇ ਵੇਚਣ ਵਾਲਾ ਭਾਂਡੇ ਮਾਂਜਣ ਵਾਲਾ ਉਹਦੇ ਆਪਣਾ ਵੀ ਦੇਸ਼ ਬਣਾ ਤਾ ਉਹ ਤਾਂ ਉਹਨੂੰ ਮਰਜੂਗਾ ਹੀ ਉਹਨੇ ਤਾਂ ਮਰਜਣਾ ਹੀ ਮਰਜਣਾ ਉਹਦੀ ਸੋਚ ਹੀ ਉਹ ਹੈ ਇਸੇ ਕਰਕੇ ਤੁਸੀਂ ਜਿਹੜਾ ਆਪਦੀ ਕਿਸਾਨੀ ਹੈ ਇਹ ਬਚਾ ਲਓ ਮੈਂ ਸਾਰੇ ਤੁਹਾਡੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਅੱਜ ਖੁਸ਼ੀ ਇਹ ਗੱਲ ਦੀ ਹੈ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਵੀ ਬੈਠੀ ਹੈ ਕਿਉਂਕਿ ਅੱਜ ਇਹ ਵੀ ਮੈਂ ਕਿਸੇ ਲਈ ਆਇਆ ਮੈਂ ਆਪਣੇ ਲਈ ਆਇਆ ਵੀ ਜੇ ਕਿਸਾਨੀ ਬੰਦ ਹੋ ਗਈ ਅਸੀਂ ਸਾਰਾ ਦਿਨ ਚੀਕਾਂ ਮਾਰ ਜਾਣੀਆਂ ਆਹ ਤੁਸੀਂ ਦੇਖਿਆ ਨਾ ਵੀ ਕਰੋਨਾ ਇਹ ਕਰੋਨਾ ਕਿਹਨੇ ਬਣਾਇਆ ਹੋਰ ਕਿੱਥੇ ਗਿਆ ਕਰੋਨਾ ਮੈਂ ਤਾਂ ਕਹਿੰਦਾ ਸਾਡਾ ਪੰਜਾਬ ਆ ਕੇ ਤਰੱਕੀ ਨਹੀਂ ਕਰਦਾ ਜਿੰਨੀ ਪੰਜਾਬ ਨੇ ਤਰੱਕੀ ਕੀਤੀ ਆ ਕੋਈ ਕਰ ਹੀ ਨਹੀਂ ਸਕਦਾ ਕਰੋਨਾ ਦੇ ਮਰੀਜ਼ ਇੱਥੇ ਅੱਜ ਇੱਥੇ 87 ਮਰੀਜ਼ ਠੀਕ ਹੋ ਗਏ 87 ਮਰੀਜ਼ ਕਾਹਦੇ ਨਾਲ ਠੀਕ ਹੋ ਗਏ ਜੇ ਦਵਾਈ ਉਹਦੀ ਬਣੀ ਨਹੀਂ ਠੀਕ ਪਤਾ ਨਹੀਂ ਕਾਹਦੇ ਨਾਲ ਕਰੀ ਜਾਂਦੇ ਉਹ ਉਦੋਂ ਹੀ ਪਤਾ ਸੀ ਵੀ ਜਦੋਂ WHO ਪੈਸੇ ਜਦੋਂ ਹਟ ਗਿਆ ਨਾ ਕਰੋਨਾ ਖਤਮ ਹੋ ਜਾਣਾ ਹੁਣ ਕਰੋਨਾ ਕਿੱਥੇ ਗਿਆ ਅੱਜ ਦੋਸ਼ੀ ਆ ਚੀਨ ਚੀਨ ਇਕੱਲਾ ਦੋਸ਼ੀ ਨੀਗਾ ਇਹ ਵੱਡੇ ਦੇਸ਼ਾਂ ਦੀਆਂ ਸਾਜਿਸ਼ਾਂ ਸੀ ਵੀ ਚੀਨ ਨੂੰ ਕਿਵੇਂ ਨਾ ਕਿਵੇਂ ਆਪਾਂ ਦਬਾਉਣਾ ਹੈ ਅਮਰੀਕਾ ਵੀ ਸਾਥ ਸੀ ਤੇ ਨਾਲ ਆਹ ਆਪਣੇ ਵਾਲਾ ਛੜਾ ਰਲ ਗਿਆ ਉਹਨਾਂ ਦੇ ਜਾ ਕੇ ਵਾਰ ਵਾਰ ਜੀ ਕਰਦਾ ਮੋਦੀ ਦਾ ਸਿਆਪਾ ਕਰੋ ਜਿੰਨਾ ਹੋ ਸਕਦਾ ਇਹਦੇ ਹੁਣ ਇਹ ਵੀ ਨੀ ਕਹਿੰਦਾ ਪੁੱਟ ਪਿੱਟੋ ਕਿਉਂਕਿ ਵਿਆਹ ਇਹ ਵੀ ਛੜਾ ਹੈ ਬੜਾ ਗੁੱਸਾ ਹੁੰਦਾ ਮੇਰੇ ਮਨ 'ਚ ਇੰਨੀਆਂ ਤੰਦੀਆਂ ਗਾਲਾਂ ਮੇਰਾ ਜੀ ਕਰਦਾ ਉਹਨੂੰ ਮੈਂ ਕੱਢਾਂ ਮੈਂ ਤਾਂ ਚੁੱਪ ਕਰ ਜਾਂਦਾ ਪਰ ਉਹਦਾ ਜਿੰਨਾ ਸਿਆਪਾ ਉਹਦਾ ਰੱਜ ਕੇ ਕਰੋ ਇਹ ਅੰਬਾਨੀਆਂ ਦਾ ਕੇ ਅਡਾਨੀਆਂ ਦਾ ਸਿਆਪਾ ਕਰੋ ਨਹੀਂ ਤੁਹਾਨੂੰ ਪਤਾ ਜੇ ਕਿਸਾਨੀ ਖਤਮ ਹੋ ਗਈ ਤੇ ਆਪਣੇ ਪੱਲੇ ਕੁਝ ਵੀ ਨਹੀਂ ਰਹਿਣਾ ਤੁਹਾਨੂੰ ਤੋੜਿਆ ਜਾਊਗਾ ਤੁਹਾਨੂੰ ਵਿਛੋੜਿਆ ਜਾਊਗਾ ਵੀ ਬਜ਼ੁਰਗਾਂ ਕੋਈ ਯੰਗ ਮੁੰਡੇ ਅੱਤ ਅੱਡ ਕਰ ਦਈਏ ਆਹ ਕੱਲੀ ਉਂਗਲ ਹੈ ਹਰੇਕ ਹੀ ਮੋੜ ਤੂੰ ਇਹਨੂੰ ਆਏ ਕਰ ਦੂਗਾ ਤੇ ਜਦੋਂ ਆਹ ਪੜ ਚੁੱਕਦਾ ਉਹ ਤਾਂ ਫੁੱਲ ਭੜ ਜਾਂਦਾ ਹੈ ਇੱਕੇ ਦੇ ਵਿੱਚ ਬਰਕਤ ਹੁੰਦੀ ਹੈ ਤੁਸੀਂ ਇਕੱਠੇ ਰਹੋ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਮੈਨੂੰ ਲੱਗਦਾ ਮੈਂ ਬਹੁਤ ਓਵਰ ਬੋਲ ਗਿਆ ਮੈਂ ਬੋਲਦਾ ਕਿਉਂਕਿ ਨਹੀਂ ਪਤਾ ਲੱਗਦਾ ਕਿਉਂਕਿ ਤਰਸ ਆਉਂਦਾ ਸਾਨੂੰ ਸਾਡੇ ਵੱਡਿਆਂ ਤੇ ਬਜ਼ੁਰਗਾਂ ਤੇ ਜਿਨ੍ਹਾਂ ਨੇ ਬੂਟਿਆਂ ਦੇ ਉੱਤੇ ਪਤਾ ਨਹੀਂ ਕੀ ਕੁੱਝ ਰੰਡਿਆ 47 ਕਦੇ 84 ਮੇਰਾ ਚਿੱਟੇ ਦਾ ਦੌਰ ਚੱਲ ਪਿਆ ਪਰ ਸਾਡਾ ਕਸੂਰ ਹੈ ਇੱਕ ਤੁਹਾਨੂੰ ਲਿਮਟਾਂ ਕਿਉਂ ਵੱਧਦੇ ਹੀ ਜਾਂਦੇ ਆ 1.5 ਲੱਖ ਤੋਂ ਲੱਖ ਤੋਂ ਚੱਲੀ ਕਿੱਥੇ ਚੱਲੀ ਗਈ ਹੈ ਇਹ ਕਿਉਂ ਦਿੱਤੇ ਜਾਂਦੇ ਆ ਇਸੇ ਤਰ੍ਹਾਂ ਤੁਹਾਡੀਆਂ ਜ਼ਮੀਨਾਂ ਦੇ ਫੁੱਲ ਵੀ ਪੈ ਰਹੇ ਹੈ ਤੁਹਾਨੂੰ ਠੇਕਾ ਘੱਟੋ ਘੱਟ ਲੱਖ ਲੱਖ ਰੁਪਇਆ ਠੇਕਾ ਦਿਆ ਕਰਨਗੇ ਜਦੋਂ ਲੱਖ ਲੱਖ ਠੇਕਾ ਦੇਣ ਲੱਗੇ ਆਪਾਂ ਕਹਿੰਦਾ ਯਾਰ ਆਪਾਂ ਕੀ ਲੋੜ ਆ ਚਿੱਟੇ ਪਾਓ ਮੋੜਾਂ ਤੇ ਬੈਠੋ ਨਜ਼ਾਰੇ ਲਓ ਮਹਿੰਗੇ ਫੋਨ ਲੈ ਲਓ ਤੈਸ਼ ਕਰੀਏ ਆਪਾਂ ਕੀ ਲੈਣਾ ਵਾਹੀ ਕਰਕੇ ਲੱਖ ਰੁਪਇਆ ਠੇਕਾ ਮਿਲਦਾ ਆਪਾਂ ਆਪਣੇ ਸੰਦ ਬਣੇਵੇ ਵੀ ਵੇਚਦੇ ਰਹੇ ਹਾਂ ਜਿਹੜੇ ਸਾਡੇ ਕੋਲ ਹਾਲ ਸੁਹਾਗੀ ਹੈ ਨਾ ਆਪਾਂ ਉਹ ਵੀ ਵੇਚਦੇ ਵੇਚ ਦੋ ਪਰ ਕੀ ਲੈਣਾ ਵਾਹੀ ਤੋਂ ਉਹਨਾਂ ਨੇ 3 ਕੁ ਸਾਲ ਸਾਥ ਦੇਣਾ ਤੁਹਾਡਾ 3 ਕੁ ਸਾਲ ਤੁਹਾਨੂੰ ਇਹ ਲੱਖ ਲੱਖ ਮਿਲਦਾ ਬਾਅਦ ਚ ਕਹਿੰਦਾ ਤੁਹਾਡੇ ਹੱਥ ਖੜੇ ਹੈ ਤੇ ਦੁਬਾਰਾ ਜਦੋਂ ਇੱਕ ਵਾਰੀ ਆਪਣਾ ਲੱਕ ਟੁੱਟ ਗਿਆ ਨਾ ਆਪਣੇ ਤੋਂ ਆ ਫੋੜ ਦੇ ਫਟਾਰੇ ਦੁਬਾਰਾ ਨਹੀਂ ਵੱਜਣੇ ਕਿਉਂਕਿ ਲੱਕ ਦੇ ਵਿੱਚ ਅਸੀਂ ਥੋੜੇ ਕੰਨਾਂ ਦੇ ਕੱਚੇ ਹੁੰਦੇ ਹੈ ਵਿੱਚ ਉਹਨਾਂ ਦੇ ਦਲਾਲ ਛੱਡੇ ਹੁੰਦੇ ਆ ਤੰਦੇ ਛੱਡੇ ਹੁੰਦੇ ਵਿਚੋਲੇ ਛੱਡੇ ਹੁੰਦੇ ਆ ਵੀ ਤੂੰ ਫਲਾਨੇ ਨੂੰ ਕਹਿ ਦੇ ਤੂੰ ਵੀ ਯਾਰ 16 ਚ ਯੂਰਪ ਗਿਆ ਸੀ 17 ਚ ਫਿਰ ਯੂਰਪ ਗਿਆ 18 ਚ ਕੈਨੇਡਾ ਚਲਾ ਗਿਆ ਮੈਂ ਵੀ ਉੱਥੇ ਰਹਿ ਸਕਦਾ ਸੀਗਾ ਮੈਨੂੰ ਬੜੇ ਭਰਾਵਾਂ ਨੇ ਆਖਿਆ ਬੜੀ ਪੰਜਾਬ ਦਾ ਮਾੜਾ ਹਾਲ ਇੱਥੇ ਰਹਿ ਪਾ ਹੁਣ ਛੋਟੀ ਸਿਸਟਰ ਆ ਉਹ ਬੜੀਨਾ ਸੈੱਟ ਹੋ ਗਈ ਹੈ ਮੇਰੇ ਤੋਂ ਛੋਟੀ ਹੈ ਉਹਦਾ ਸਾਰਾ ਪਰਿਵਾਰ ਕੈਨੇਡਾ ਹੈ ਮੈਂ ਇਹੀ ਗੱਲ ਘਰ ਵਾਲੀ ਨਾਲ ਕੀਤੀ ਸੀ ਵੀ ਆਪਾਂ ਇੱਥੇ ਰਹਿ ਕੇ ਬੱਚਿਆਂ ਨੂੰ ਪੜ੍ਹਾਉਣਾ ਹੈ ਮੇਰਾ ਪੰਜਾਬ ਬਹੁਤ ਵਧੀਆ ਹੈ 5-4 ਸਾਲ ਮੈਂ ਕਬੱਡੀ 'ਚ ਕੱਢ ਗਿਆ ਤੇ ਬਹੁਤ ਵਧੀਆ ਹੋ ਜਾਣਾ ਹੈ ਪਰ ਜਿੱਤੇ ਦਾ ਮੋਦੀ ਦਾ ਬੇੜਾ ਪਿਆ ਉਸਦੇ ਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਰੇ ਫਿਰਦੇ ਹੈ ਹੁਣ ਮੈਂ ਤਾਂ ਇੰਨਾ ਕੁ ਟੂਰਨਾਮੈਂਟਾਂ ਤੇ ਅੱਜ ਮੈਂ ਕੋਟ ਭਾਈ ਜਾਣਾ ਉੱਥੇ ਜਿੰਨਾ ਜਲੂਸ ਨਿਕਲਿਆ ਉਹਦਾ ਮੈਂ ਰੱਜ ਕੇ ਕੱਢੂੰਗਾ
क्योंकि मैनू भी एक दो पुट्ठे सीधे फोन आए हैं कि आपके पास तो एक विश्वास भी जमीन कर रही है, विश्वास की मरला हो सकता भैये विश्वास कहते हो अपने मरला कह देने हैं, फिर कहते तेनू आप क्यों गुड़क गुड़ कुटते हो, सानू भी धमकी आनगी बड़ा कुछ आऊगा, तुहानू लालच दिते जाणगे पर मेरे भरा बन के डोल्यो ना, आपां अपने बजुर्गां दी मुछ भी नहीं होण देनी, आपां मुल पाउणा इन्हां दे जिहड़े जिहड़े धक्के संघर्ष कीते आ धक्के खाते सड़कां ते, क्योंकि यूथ नू जिहड़ा उह किवें ना किवें मोड़िया जाऊगा, वे इन्हां नू बदल दो इन्हां दे बजुर्ग इन्हां दे मगर लग जाणगे। मैं बच्चा तुहाडा बहुत मैथों गलतियां हो गईआं होणगीआं, मैं फिर मैं कहिंदा मेरीआं जिहड़ीआं भुल्लां उह मेरी झोली पा दिओ तुसीं, जिथे इतने धरने लगे सारे महले उड़ी दलजीत उड़ी बैठे मेरे भरा, जिथे भी भाई तुम मैं कहोगे ना भी आज जाके धरने से बोलना मैं उसे जाऊंगा। बजुर्गो तुहाडा वादा कर रहे हैं जिथे मर्जी वट के सड़ दो सही नहीं कर रहे, क्योंकि असं तुहाडे नहीं असं अपने लिए जिउणा है। जे आ कबड्डियां कबड्डियां बंद हो गई, पहला सुखराज ने बहुत सोहना बोलिया, कई उदाहरण भी दिखाई मेरे वीर ने, ये जी किसानी बंद होगी मेले मोले कबड्डिया कबड्डिया बंद है, दुकाना दुकाना जिंदे लग जा रहे हैं, बाकी हम आप नारे लाने में इन्ना क बोल के जरा तो मैं माफी चाहना है। जिम्मे पहला सुखराज भीर ने गल की थोड़ा साथ दो कर के पता लगे जड़िया गलां ना तुम्हारे सारिया धरने हैं, ये मोदी ने देखा तू बजदी जिम्मे सिर च चुभ दी आते जाके नींद वो भी आती किसान मजदूर एकता छिताबाद मोदी का स्यापा मोदी का स्यापा करो मोदी का पेड़ा बने मोदी का ब्याह हो गए और मोदी नू अकल आ गए उसके पुत चिट्टा पीर लगे मेरे ना नारे वखरे होंगे है जिंदे रहो बचे हैं दलजीत आप सारे भावों ने अपने बजुर्गों का बगड़े साथ देना है सारे मेरे वीर अपने बजुर्ग है किसी गल सड़कों से आए हैं और इन्ना कुछ कहता हो खेमर का जाचक है परमात्मा तुम चढ़ती गल के रखे।